ਮੋਗਾ ਨਾਰਕੋਟਿਕ ਸੈੱਲ ਦੁਆਰਾ ਇੱਕ ਨਸ਼ਾ ਤਸਕਰ ਨੂੰ 1490 ਨਸ਼ੀਲੀ ਗੋਲੀਆਂ ਦੇ ਨਾਲ ਕੀਤਾ ਗਿਆ ਕਾਬੂ। ਖੰਨਾ ਸ਼ਹਿਰ ਚ ਨਜਾਇਜ਼ ਸ਼ਰਾਬ ਦੀ ਵਿਕਰੀ ਮਾਮਲੇ ਚ ਵੀ ਦਰਜ ਹੈ ਮੁਕਦਮਾ। ਪੰਜਾਬ ਸਰਕਾਰ ਦੁਆਰਾ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਨੇ, ਉਸੇ ਦੇ ਤਹਿਤ ਮੋਗਾ ਨਾਰਕੋਟਿਕ ਸੈੱਲ ਦੀ ਤਰਫ ਤੋਂ ਇੱਕ ਨਸ਼ਾ ਤਸਕਰ ਨੂੰ 1400